ਹਾਂਜੀ ਕੀ ਹਾਲ ਚਾਲ ਨੇ ਆ ਨਾ ਕਿਤਾਬ ਮੇਰਾ ਪਿੰਡ ਗਿਆਨੀ ਗੁਰਦੇਵ ਸਿੰਘ ਜੀ ਤੁਹਾਡੇ ਚੋਂ ਬਹੁਤਿਆਂ ਦੀ ਪੜ੍ਹੀ ਹੋਣੀ ਹੈ ਪਰ ਮੈਂ ਕਿਤਾਬ ਬਹੁਤ ਸਾਲਾਂ ਤੋਂ ਮਤਲਬ ਨਵੀਂ ਹੋ ਕੇ ਮੇਰੇ ਕੋਲ ਆ ਜਾਂਦੀ ਹੈ ਪੁਰਾਣੀ ਕਿਤਾਬ ਕਿਸੇ ਨੂੰ ਗਿਫਟ ਦੇ ਦੇਈ ਦੀ ਹੈ ਸੋ ਬਹੁਤ ਹੀ ਖੂਬਸੂਰਤ ਕਿਤਾਬ ਹੈ ਇਹ ਸਿਰਫ ਪੰਜਾਬ ਦੇ ਰਹਿਣ ਸਹਿਣ ਬਾਰੇ ਨਹੀਂ ਹੋਰ ਬਹੁਤ ਚੀਜ਼ਾਂ ਜ਼ਿੰਦਗੀ ਦੇ ਚਾਚ ਆਚਾਰ ਬਹੁਤ ਚੀਜ਼ਾਂ ਮਿਲਦੀਆਂ ਨੇ ਇਹਦੇ ਵਿੱਚ ਬਹੁਤ ਇੰਟਰਸਟਿੰਗ ਮੈਂ ਪਹਿਲਾਂ ਵੀ ਇੱਕ ਸਾਂਝੀ ਕੀਤੀ ਸੀ ਤੁਹਾਡੇ ਨਾਲ ਨਰਾਣੇ ਦਾ ਰੇਡੀਓ ਰਾਹੀਂ ਅੱਜ ਮੈਂ ਤੁਹਾਨੂੰ ਇੱਕ ਸਾਂਝੀ ਕਰਦਾ ਇਹਦੇ ਵਿੱਚੋਂ ਘਟਨਾ ਬੜੀ ਪਿਆਰੀ ਹੈ ਲਿਖੀ ਹੋਈ ਇਹਨਾਂ ਨੇ ਗਿਆਨੀ ਗੁਰਦੇਵ ਸਿੰਘ ਜੀ ਨੇ ਲਿਖਦੇ ਆ ਕਿ ਬਾਬੇ ਦੀ ਆਪਣੇ ਬਾਬਿਆਂ ਦੀ ਗੱਲ ਕਰਦੇ ਆ ਵੀ ਇਹਨਾਂ ਦੇ ਜਿਹੜੇ ਬਾਬੇ ਸੀ ਹਨਾ ਦਾਦੇ ਭਰਾ ਜਾਂ ਬਾਬੇ ਉਹਨਾਂ ਦੀ ਗੱਲ ਕਰਦੇ ਆ ਸੋ ਕਹਿੰਦੇ ਇੱਕ ਸਾਡਾ ਬਾਬਾ ਸੀ ਦਾਸ ਕਹਿੰਦੇ ਦਾਸ ਬਾਬੇ ਦੀ ਕਹਾਣੀ ਹੈ ਆ ਵੀ ਸਾਡੇ ਪਿੰਡ ਚ ਇੱਕ ਵਾਰ ਮਾਰ ਖੁੰਡੇ ਠੱਠੇ ਦੀ ਬੜੀ ਦਹਿਸ਼ਤ ਹੁੰਦੀ ਸੀ ਜਦੋਂ ਬੰਦਿਆਂ ਨੂੰ ਦੇਖਦਾ ਤਾਂ ਭੂਸਰ ਜਾਂਦਾ ਉਹ ਪਿੰਡ ਦੇ ਲਾਗੇ ਆਉਂਦਾ ਲੋਕ ਕੋਠਾਂ ਤੇ ਚੜ ਜਾਂਦੇ ਕੋਈ ਇਸ ਤਰ੍ਹਾਂ ਲੋਕ ਛੁਪ ਕੇ ਜਾਨ ਬਚਾਉਂਦਾ ਕੋਈ ਕਿਸੇ ਤਰ੍ਹਾਂ ਕੋਈ ਹੋਰ ਉਪਾਅ ਕਰਦਾ ਆਦਮੀ ਦੇਖਿਆ ਨਹੀਂ ਤੇ ਉਹ ਸਾਂਢ ਮਤਲਬ ਕਿ ਠੱਠਾ ਮਗਰ ਪਿਆ ਨਹੀਂ ਜਿੰਨਾ ਚਿਰ ਆਪਣੇ ਤਿੱਖੇ ਸਿੰਘਾਂ ਨਾਲ ਅਗਲੇ ਦਾ ਘੋਗਾ ਚਤਨਾ ਕਰਦੇ ਹੁੰਦਾ ਉਸ ਗਊ ਦੇ ਜਾਇ ਨੂੰ ਸ਼ਾਂਤੀ ਨਹੀਂ ਮਿਲਦੀ ਸੀ ਬਾਬਾ ਦਾਸ ਇੱਕ ਦਿਨ ਖੁੰਡ ਉੱਤੇ ਬੈਠਾ ਸੀ ਉਧਰੋਂ ਮਾਰਖਾਂ ਠੱਠਾ ਆ ਗਿਆ ਜੀ ਬੜ ਕੇ ਆ ਕੇ ਕੋਲ ਬੈਠੇ ਦੂਜੇ ਆਦਮੀ ਨੇ ਕਿਹਾ ਬਾਬਾ ਅੱਜ ਤਾਂ ਜਾਨ ਗਈ ਭੰਗ ਦੇ ਭਾੜੇ ਬਾਬੇ ਨੇ ਕਿਹਾ ਕਹਿੰਦਾ ਚੱਪ ਕਰਕੇ ਬੈਠਾ ਰਹਾ ਤੈਨੂੰ ਕੁਝ ਨਹੀਂ ਹੋਣ ਲੱਗਿਆ ਉਧਰੋਂ ਦੋਵਾਂ ਬੰਦਿਆਂ ਨੂੰ ਦੇਖਿਆ ਟੱਠੇ ਨੇ ਦੂਰੋਂ ਹੀ ਛੁੱਟੀ ਲੈ ਕੇ ਆਉਂਦਾ ਦੇਖਿਆ ਤਾਂ ਭੱਜ ਲਿਆ ਉਧਰੋਂ ਬਾਬੇ ਦੀ ਵੀ ਐ ਅੱਖ ਟੱਠੇ ਕਨੀ ਬਾਬੇ ਨੇ ਕੋਲ ਪਏ ਹਲ ਦੇ ਮੁੰਨੇ ਦਾ ਪਤਲਾ ਪਾਸਾ ਹੱਥ 'ਚ ਫੜਦਿਆਂ ਅਜੇ ਹਾਕਮਾ ਕੈ ਠੱਠੇ ਦੇ ਸਿਰ 'ਚ ਮਾਰਿਆ ਉਹਦਾ ਇੱਕ ਸਿੰਗ ਟੁੱਟ ਗਿਆ ਡਿੱਗ ਪਿਆ ਪਾਟੇ ਹੋਏ ਮੱਥੇ 'ਚ ਖੂਨ ਵਗਾਉਂਦਾ ਠੱਠਾ ਅਜੇ ਹਾ ਪਿਛਲ ਪੈਰੀ ਨਸਿਆ ਅਜੇ ਹਾ ਪਿਛਲ ਪੈਰੀ ਨਸਿਆ ਕਿ ਮੁੜ ਕੇ ਪਿੰਡ ਨਹੀਂ ਬਣਿਆ ਦਿਨ ਪਾ ਕੇ ਉਸਦਾ ਸਿਰ ਤਾਂ ਰਾਜੀ ਹੋ ਗਿਆ ਪਰ ਅੰਦਰੋਂ ਐਸਾ ਡਰਿਆ ਵੀ ਐਸਾ ਡਰਿਆ ਜਦੋਂ ਦੇਖਿਆ ਕਰੇ ਦਾਸ ਬਾਬੇ ਨੂੰ ਕਿਉਂਕਿ ਡੰਗਰ ਵੀ ਪਛਾਣ ਲੰਦੇ ਨੇ ਜਦੋਂ ਦਾਸ ਬਾਬੇ ਨੂੰ ਦੇਖਿਆ ਕਰੇ ਬਾਬੇ ਨੇ ਮੂਰੋਂ ਮਾਰਨਾ ਖੰਗੂਰਾ ਠੱਠੇ ਨੂੰ ਭੱਜਾ ਪੈ ਜਾਣੀ ਠੱਠਾ ਪਿੰਡ ਤੋਂ ਬਾਹਰ ਭੱਜ ਜਾਂਦਾ ਸੋ ਐਡੇ ਤਾਕਤਵਰ ਬਾਬੇ ਇਹਨਾਂ ਦੇ ਜਿੰਨਾਂ ਦੀਆਂ ਇਹ ਗੱਲਾਂ ਦੱਸ ਰਹੇ ਨੇ ਵੀ ਬੰਦੇ ਨੇ ਇਕੱਲਾ ਹੀ ਖਲ ਦਾ ਮੁੰਨਾ ਪਤਲੇ ਪਾਸੋਂ ਚੱਕ ਕੇ ਘੁਮਾ ਕੇ ਠੱਠੇ ਦੇ ਮਾਰ ਅੱਗੇ ਦੱਸਦੇ ਉਹਨਾਂ ਦੀ ਤਾਕਤ ਦਾ ਇੱਕ ਹੋਰ ਕਿੱਸਾ ਕਿ ਮੇਰੇ ਬਾਪੂ ਨੇ ਦੱਸਿਆ ਵੀ ਇੱਕ ਵਾਰੀ ਉਸ ਦਾ ਬਾਪੂ ਮਤਲਬ ਮੇਰਾ ਦਾਦਾ ਕਨੇੜੇ ਚੁੱਕੇ ਗਿਆਨੀ ਦਾਦਾ ਦਾ ਮੇਰਾ ਦਾਦਾ ਨਹੀਂ ਗਿਆਨੀ ਗੁਰਦੇਵ ਸਿੰਘ ਜੀ ਦੇ ਬਾਪੂ ਨੇ ਦੱਸਿਆ ਕਿ ਉਹਨਾਂ ਦਾ ਬਪ ਗਿਆਨੀ ਗੁਰਦੇਵ ਸਿੰਘ ਜੀ ਦਾ ਦਾਦਾ ਇਹਨਾਂ ਦੇ ਬਾਪੂ ਜੀ ਨੂੰ ਕਨੇੜੇ ਚੁੱਕ ਕੇ ਉਸਦੇ ਨਾਨਕੀ ਵੱਡੇ-ਵਡੇਰਿਆਂ ਦੀ ਮਿੱਟੀ ਕੱਢਣ ਲਈ ਲੈ ਗਿਆ ਨਾਲ ਉਹ ਰਾਹਾਂ ਤੇ ਤੁਰਨ ਨਾਲੋਂ ਸਿੱਧਾ ਹੀ ਬਾਣਾ ਵਿੱਚ ਦੀ ਹੋਤ ਰਿਹਾ ਅੱਗੇ ਮਿਰਚਾਂ ਦਾ ਖੇਤ ਆ ਗਿਆ ਰਾਹ ਵਿੱਚ ਖੇਤ ਦੇ ਮਾਲਕ ਨੇ ਟੋਕਤਾ ਕਹਿੰਦਾ ਓ ਪੜਿਆ ਮਾਨਸਾ ਆਹ ਕਿਹੜਾ ਰਾਹ ਫੜਿਆ ਓਏ ਸਿੱਧਾ ਹੀ ਮੂੰਹ ਚੱਕ ਕੇ ਟੋਲਿਆ ਉਹਨਾਂ ਇਧਰ ਨੂੰ ਦੋਵਾਂ ਵਿੱਚ ਗੱਲ ਵਧ ਗਈ ਵਰਸੂਗਲੇ ਝਗੜਾ ਹੁਣੋਂ ਬਚ ਗਿਆ ਉਹ ਮਿਰਚਾਂ ਨੂੰ ਪਾਣੀ ਦੇ ਕੇ ਮੁੜ ਗਿਆ ਤੇ ਸਾਡਾ ਬਜ਼ੁਰਗ ਅੱਗੇ ਨਾਨਕੇ ਪਿੰਡੋਂ ਆਉਂਦਾ ਹੋਇਆ ਸਵੇਰੇ ਮੂੰਹ ਨੇ ਰੀ ਚੱਕ ਲਿਆ ਵੀ ਚੱਲ ਪਿੰਡ ਵਾਪਸ ਚੱਲੀਏ ਮੁੜ ਲਿਆ ਆ ਗਿਆ ਉੱਥੇ ਆ ਬੈਠਿਆ ਮਿਰਚਾਂ ਵਾਲੇ ਖੇਤ ਕੋਲੇ ਕਹਿੰਦਾ ਮੇਰਾ ਬਾਪੂ ਦੱਸਦਾ ਕਿ ਉਹਨੇ ਮੈਨੂੰ ਮੋਢਿਆਂ ਤੋਂ ਉਤਾਰ ਕੇ ਮਿਰਚਾਂ ਦੇ ਬੂਟੇ ਪੱਟ ਕੇ ਦੌਰ ਦੀ ਮਗਰੀ ਵਿੱਚ ਪਾਉਣੇ ਸ਼ੁਰੂ ਕਰਤੇ ਖੇਸ ਦੀ ਮਗਰੀ ਜਦੋਂ ਖੇਤਾਂ ਵਿੱਚੋਂ ਬੁੱਝਾਂ ਸਮੇਤ ਭਰ ਗਏ ਕਿੰਨੇ ਸਾਰੇ ਮਿਰਚਾਂ ਦੇ ਬੂਟੇ ਹੋਰ ਤਨ ਕੇ ਪਾ ਲਏ ਮੇਰੇ ਬਾਪੂ ਨੇ ਦੱਸਿਆ ਉੱਤੇ ਮੈਨੂੰ ਬਿਠਾ ਲਿਆ ਤੇ 5 6 ਕੋ ਤੁਰ ਕੇ ਸੂਰਜ ਚੜ੍ਹਦੇ ਨੂੰ ਪਿੰਡ ਆਵੜਿਆ ਮਿੱਠੇ ਆਲ ਮਿਰਚਾਂ ਦੀ ਮਗਰੀ ਖੋਲ ਕੇ ਘਰਦਿਆਂ ਨੇ ਜਦੋਂ ਮਿਰਚਾਂ ਤੋੜ ਕੇ ਤੋਲੀਆਂ ਤਾਂ ਪਤਾ ਕਿੰਨੀਆਂ ਨਿਕਲੀਆਂ 5 ਧੜੀਆਂ ਹੋਈਆਂ ਇੱਕ ਧੜੀ ਵਿੱਚ ਮੇਰੇ ਖਿਆਲ ਇੱਕ ਧੜੀ ਵਿੱਚ 5 ਸੇਰ ਹੁੰਦੇ ਨੇ ਇੱਕ ਧੜੀ ਵਿੱਚ ਪੰਜ ਸੇਰ ਹੁੰਦੇ ਨੇ ਪੰਜ ਧੜੀਆਂ ਨਿਕਲੀਆਂ ਪ੍ਰਸ਼ਾਦ ਵਾਂਗੂ ਉਹਨਾਂ ਨੇ ਇੱਕ ਇੱਕ ਧੜੀ ਸਾਰੇ ਘਰਾਂ ਵਿੱਚ ਵੰਡਤੀ ਮੇਰੇ ਬਾਪੂ ਨੇ ਦੱਸਿਆ ਕਿ ਉੱਤੋਂ ਮਾਣਕ ਕੱਚੇ ਦਾ ਹਾਲਾ ਮੈਂ ਬੈਠਾ ਸੀ ਉੱਤੇ ਤੇ ਬੂਝੇ ਮਿਰਚਾਂ ਦੇ ਲਗਾਤਕਾ ਹੋਰ ਆਇਆ ਜਾਂ ਕੋਈ ਜੋੜ ਕੇ ਪਤਾ ਨਹੀਂ ਕਿੰਨਾ ਕੁ ਵਜ਼ਨ ਹੋ ਗਿਆ ਉਹ ਜਿਹਨੂੰ ਮੇਰਾ ਦਾਦਾ ਮਿਰਚਾਂ ਨਾਲੋਂ ਮਤਲਬ ਕਿ ਸਾਰਾ ਕੁਝ ਭਾਰ ਬਾਬਾ ਜੀ ਮਹਾਰ ਮਹਾਰਾਜ ਸਿਰ ਤੇ ਚਾੱਕ ਕੇ ਪੰਜ ਕੋ ਤੁਰ ਕੇ ਪਿੰਡ ਹੀ ਆ ਗਏ ਇਸ ਗੱਲ ਦੀ ਅੱਖ ਨਾਲ ਕਿਉਂ ਨੇ ਮੈਨੂੰ ਮਿਰਚਾਂ ਦੇ ਖੇਤ ਵਿੱਚੋਂ ਲੰਘਣ ਲੱਗੇ ਬੰਦੇ ਨੇ ਟੋਕਿਆ ਸੀ ਸੋ ਐਸੇ ਸੀ ਬਾਬਾ ਜੀ ਮਤਲਬ ਉਹਨਾਂ ਦੇ ਤਕੜੇ ਗਿਆਨੀ ਗੁਰਦੇਵ ਸਿੰਘ ਹੋਰਾਂ ਦੇ ਸੋ ਤਕੜੇ ਖਰਾਕਾਂ ਖਾਧੀਆਂ ਹੁੰਦੀਆਂ ਹੁੰਦੀਆਂ ਉਹਨਾਂ ਵੇਲੇ ਦੀਆਂ ਗੱਲਾਂ ਨੇ ਸੋ ਜੇ ਤੁਹਾਨੂੰ ਕਦੇ ਕਿਤਾਬ ਮਿਲੇ ਤਾਂ ਪੈਸੇ ਲਾ ਕੇ ਦੇਖੋ ਕਦੇ ਕਿਤਾਬਾਂ ਤੇ ਪੈਸੇ ਲਾ ਲਿਓ ਮੇਰਾ ਪਿੰਡ ਕਿਤਾਬ ਤੁਹਾਡੇ ਪੈਸਿਆਂ ਦਾ ਨਹੀਂ ਤੁਹਾਡੇ ਟਾਈਮ ਦਾ ਵੀ ਵਕਤ ਦਾ ਵੀ ਮੁੱਲ ਮੋੜੂਗੀ ਜ਼ਰੂਰ ਪੜਿਓ ਓਕੇ ਜੀ ਬਾਏ